ਪ੍ਰਯੋਗ ਤੁਹਾਡੇ ਵਿਚਾਰਾਂ ਨੂੰ ਵਿਪਰੀਤ ਸਾਬਤ ਕਰੇਗਾ। ਇਹ ਆਸਾਨੀ ਨਾਲ ਹੋ ਸਕਦਾ ਹੈ। ਤੁਹਾਨੂੰ ਲੋੜ ਹੈ ਦੋ ਪਲਾਸਟਿਕ ਦੀਆਂ ਬੋਤਲਾਂ ਜੋ ਢੱਕਣਾਂ ਦੇ ਸਮੇਤ ਹੋਣ ਅਤੇ ਕੁਝ ਸਟਰੋ। ਦੋਨੋਂ ਢੱਕਣਾਂ ਵਿੱਚੋਂ ਦੋ ਛੋਟੀਆਂ ਸੁਰਾਖਾਂ ਬਣਾਓ। ਦੋ ਛੋਟੇ ਸਟਰੋ ਦੇ ਛੋਟੇ ਸਖ਼ਤ ਪਾਈਪਾਂ ਦੇ ਪੀਸ ਸੁਰਾਖਾਂ ਵਿੱਚ ਘੁਮਾਓ। ਦੂਸਰੇ ਢੱਕਣ ਵਿੱਚ ਇੱਕ ਲੰਬਾ ਸਟਰੋ ਦਾ ਪੀਸ ਅਤੇ ਇੱਕ ਛੋਟਾ ਪੀਸ ਫਸਾਓ। ਲੰਬੀ ਸਟਰੋ ਤਕਰੀਬਨ 20 ਸੈਂਟੀਮੀਟਰ ਲੰਬੀ ਹੋਵੇ। ਪਹਿਲੇ ਢੱਕਣ ਵਿੱਚ ਛੋਟੀਆਂ ਸਟਰੋ ਦੇ ਟੁਕੜੇ ਹੋਣਗੇ। ਦੂਸਰੇ ਢੱਕਣ ਵਿੱਚ ਇੱਕ ਲੰਬੀ ਅਤੇ ਇੱਕ ਛੋਟੀ ਸਟਰੋ ਹੋਵੇਗੀ। ਢੱਕਣਾਂ ਨੂੰ ਬੋਤਲ 'ਤੇ ਲਗਾਓ। ਇਸ ਤੋਂ ਪਹਿਲਾਂ ਬੋਤਲਾਂ ਨੂੰ ਪਾਣੀ ਨਾਲ ਭਰੋ। ਥੋੜ੍ਹਾ ਪਾਣੀ ਬਾਹਰ ਡੁੱਲ ਸਕਦਾ ਹੈ। ਹੁਣ ਦੋਨਾਂ ਬੋਤਲਾਂ ਨੂੰ ਉਠਾ ਕੇ ਮੂਧੀਆਂ ਕਰੋ। ਦੋਨੋਂ ਬੋਤਲਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਵੇਗਾ। ਅੰਦਾਜ਼ਾ ਲਗਾਓ ਕਿ ਪਹਿਲਾਂ ਕਿਹੜੀ ਬੋਤਲ ਵਿੱਚ ਪਾਣੀ ਖਤਮ ਹੋਵੇਗਾ। ਲੰਬੀ ਸਟਰਾ ਵਾਲੀ ਬੋਤਲ ਦਾ ਪਾਣੀ ਪਹਿਲਾਂ ਮੁੱਕੇਗਾ। ਇਹ ਇਸ ਕਰਕੇ ਕਿ ਲੰਬੀ ਸਟਰਾ ਕਰਕੇ ਪਾਣੀ ਦਾ ਸਤਰ ਜਾਂ ਦਬਾਅ ਉੱਚਾ ਹੈ, ਇਸ ਲਈ ਜ਼ਿਆਦਾ ਜ਼ੋਰ ਲੱਗੇਗਾ। ਇਸ ਕਰਕੇ ਪਹਿਲਾਂ ਖਾਲੀ ਹੋਵੇਗੀ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਦੋਨੇ ਇਕੱਠੇ ਖਤਮ ਹੋਣਗੀਆਂ, ਪਰ ਲੰਬੀ ਪਾਈਪ ਵਾਲੀ ਬੋਤਲ ਛੇਤੀ ਖਤਮ ਹੋ ਜਾਂਦੀ ਹੈ।